ਆਪਣੇ ਘਰੋਂ ਕੋਈ ਦੁਖੀ ਹੋ ਕੇ ਨਹੀਂ ਜਾ ਸਕਦਾ। ਅਸਲ ਜਿਵੇਂ ਬੰਦਾ ਕਹਿੰਦਾ ਵੀ ਘੋੜਾ ਤੇ ਮਰਦ ਕਦੇ ਬੁੜੇ ਨਹੀਂ ਹੁੰਦੇ, ਸਹੀ ਖੁਰਾਕ ਹੋਵੇ, ਸਹੀ ਮਿਹਨਤ ਹੋਵੇ ਸਰੀਰ ਦੀ। ਹੁਣ ਆਇਆ ਯਾਰ, ਹੁਣ ਮੈਂ ਤਾਂ ਕਹਿੰਦਾ ਵੀ ਸਾਰੀ ਜ਼ਿੰਦਗੀ ਇਕੱਲਾ ਪੈਸਾ ਨਹੀਂ ਮੁੱਖ ਰੱਖੀਦਾ। ਮੈਂ 14 ਸਾਲਾਂ ਮਗਰੋਂ ਸੂਰਜ ਚੜ੍ਹਦਾ ਦੇਖਿਆ ਸੀ। ਮੈਂ ਯਾਰ 16 ਘੰਟੇ ਕੰਮ ਕੀਤਾ 16 ਸਾਲ, ਕਹਿੰਦੇ ਸੀ ਕਾਲਾ ਬੱਚਾ ਨਹੀਂ ਹੋਇਆ ਇੱਧਰ ਹੁਣੇ ਦਾ ਆਇਆ। ਅੱਜ ਤੋਂ 15 ਸਾਲ ਪਹਿਲਾਂ 80 ਸਾਲ ਦੀ ਉਮਰ ਦੇ ਵਿੱਚ 500 ਡੰਡ ਲਾ ਕੇ ਆ ਵਿੱਲੀ ਜੀਪ ਜਿੱਤੀ ਸੀ ਭਲਵਾਨ ਸੂਬੇਦਾਰ ਸਰਦਾਰ ਹਰਚੰਦ ਸਿੰਘ ਜੀ ਨੇ। ਅਤੇ ਬਾਕੀ ਅੱਜ ਆਪਾਂ ਇਟਲੀ ਸਟੱਡ ਫਾਰਮ 'ਤੇ ਪਹੁੰਚੇ ਹਾਂ ਅਤੇ ਗੱਲ ਕਰਾਂਗੇ ਭਲਵਾਨ ਸਤਵੰਤ ਸਿੰਘ ਜੀ ਦੇ ਨਾਲ। ਅਤੇ ਉਹਨਾਂ ਦੇ ਫਾਦਰ ਸਾਹਿਬ ਨੇ ਆ ਵਿੱਲੀ ਜੀਪ ਜਿੱਤੀ ਸੀ। ਮੈਨੂੰ ਬੜੀ ਖੁਸ਼ੀ ਹੋਈ ਯਾਰ ਇਹ ਗੱਲ ਸੁਣ ਕੇ, ਅਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਸਾਂਝੀ ਕਰਾਂ। ਜਦੋਂ ਆਪਾਂ 80 ਸਾਲ ਦੀ ਉਮਰ 'ਚ ਜਾਵਾਂਗੇ ਤਾਂ ਆਪਾਂ ਕਿੰਨੇ ਕੁ ਡੰਡ ਲਾ ਲਾਂਗੇ ਇਹ ਜ਼ਰੂਰ ਦੱਸਿਓ। ਅਤੇ ਹੁਣ ਤੁਹਾਨੂੰ ਘੋੜਾ ਦਿਖਾਉਣਾ ਦੇਵ ਅਲੀ, ਦਰੋਣੇ ਘੋੜੇ ਦਾ ਪੁੱਤ, ਇੱਕ ਲੌਤਾ ਪੁੱਤ ਆ ਇਹ ਦਰੋਣੇ ਦਾ ਇਟਲੀ ਸਟੱਡ ਫਾਰਮ 'ਤੇ, ਜਿਹੜਾ ਕਿ ਕਾਲੇ ਰੰਗ ਦਾ DNA ਪਾਸ ਹੋ ਗਿਆ। ਭਲਵਾਨ ਜੀ ਕਹਿੰਦੇ ਵੀ ਪਹਿਲਾਂ ਕਈ ਲੋਕ ਮੰਨਦੇ ਨਹੀਂ ਸੀ ਕਿ ਦਰੋਣੇ ਦਾ ਵੀ ਕੋਈ ਕਾਲੇ ਰੰਗ ਦਾ ਪੁੱਤ ਹੋਊ। ਉਹ ਕਹਿੰਦੇ ਤਕਰੀਬਨ ਵੀ ਅੱਬਦੇ ਅਤੇ ਬੱਚੇ ਦਿੰਦਾ ਵੀ ਕਮੈਤ ਕਲਰ ਦੇ ਬੱਚੇ ਜ਼ਿਆਦਾ ਦੇ ਦਿੰਦਾ, ਪਰ DNA ਪਾਸ ਆ ਦੇਵ ਅਲੀ। ਅਤੇ ਮਾਂ ਅਤੇ ਪਿਓ ਦੋਵੇਂ ਚੰਗੀ ਖਾਨਦਾਨੀ ਦੇ ਨੇ। ਬਾਕੀ ਘੋੜਾ ਬਹੁਤ ਸੋਹਣਾ ਅਤੇ ਸੋਹਣੀ ਰਿਜ਼ਲਟ ਆ ਗਏ। ਇਹਦੇ ਰਿਜ਼ਲਟ ਦੀਆਂ ਫੋਟੋਆਂ ਵੀਡੀਓ ਵੀ ਮੈਂ ਵਿੱਚ ਲਾਊਂਗਾ। ਬਿਲਕੁਲ ਨਾਲ ਹੀ ਪਿੰਡ ਪੈ ਜਾਂਦਾ, ਉੱਥੇ ਨੀਲੀ ਘੋੜੀ ਦੇ ਉੱਪਰ ਬਹੁਤ ਸੋਹਣਾ ਮੱਥੇ ਪਟੇ ਦਾ ਬੱਚਾ ਆ 3 ਪੈਰ ਚਿੱਟਿਆਂ ਦਾ। ਅਤੇ ਮੈਨੂੰ ਇਹ ਲੱਗਦਾ ਵੀ ਆਪਦੇ ਪਿਓ ਨੂੰ ਸ਼ਾਇਦ ਕੱਟ ਜੇ ਉਹ, ਕਿਉਂਕਿ ਖੁੱਲ੍ਹੇ ਡੁੱਲੇ ਸਰੀਰ ਦਾ ਆ। ਬਾਕੀ ਸੋਹਣਾ ਸੁਨੱਖਾ ਇਹ ਵੀ ਬਹੁਤ ਆ, ਮੱਥੇ ਪਟਾ ਅਤੇ ਇਹਦਾ, ਬਾਕੀ ਗਰਦਨ ਗੁਰਦਨ ਖੜਨੀ ਖੁੜਨੀ। ਅਤੇ ਅੱਜ ਤੋਂ ਜਦੋਂ ਮੈਂ 6 ਮਹੀਨੇ ਪਹਿਲਾਂ ਇਹਦੀ ਵੀਡੀਓ ਕੀਤੀ ਸੀ ਨਾ, ਉਦੋਂ ਥੋੜ੍ਹੀ ਜਿਹੀ ਇੱਲਤ ਜੀ ਜ਼ਿਆਦਾ ਕਰਦਾ ਸੀ, ਪਰ ਹੁਣ ਘੋੜਾ ਬਣਦਾ ਜਾ ਰਿਹਾ। ਭਲਵਾਨ ਜੀ ਕਹਿੰਦੇ ਇਹਦੀ ਮਿਹਨਤ ਲਵਾਈ ਆ, ਅਤੇ ਮਿਹਨਤ ਤੋਂ ਮੈਨੂੰ ਯਾਦ ਆਇਆ ਵੀ ਮਿਹਨਤ ਭਾਵੇਂ ਘੋੜੇ ਨੂੰ ਹੋਵੇ ਭਾਵੇਂ ਬੰਦੇ ਨੂੰ ਹੋਵੇ ਜ਼ਰੂਰੀ ਆ। ਜਿੰਨੀ ਇਸ ਵੀਡੀਓ ਦੇ ਵਿੱਚ ਮੈਂ ਘੋੜਿਆਂ 'ਤੇ ਗੱਲ ਕੀਤੀ ਆ, ਘੋੜੇ ਬਾਰੇ ਡਿਟੇਲ ਦੇਣੀ ਆ ਤੁਹਾਨੂੰ, ਉੱਨੀ ਭਲਵਾਨ ਜੀ ਨਾਲ ਸਿਹਤ ਪੱਖੀ ਗੱਲਾਂ ਵੀ ਕਰੀਆਂ ਨੇ। ਕਿਉਂਕਿ ਬਈ ਬੰਦੇ ਦਾ ਸਭ ਤੋਂ ਵੱਡਾ ਸਾਥੀ ਉਹਦਾ ਸਰੀਰ ਆ, ਉਹਦੀ ਸਿਹਤ ਆ। ਜੇ ਸਰੀਰ ਤੰਦਰੁਸਤ ਆ ਤਾਂ ਹੀ ਸਾਰੀਆਂ ਗੱਲਾਂ ਸੋਭਾ ਦਿੰਦੀਆਂ ਨੇ, ਆਪਾਂ ਸਭ ਚੀਜ਼ਾਂ ਚੰਗੀਆਂ ਲੱਗਦੀਆਂ ਨੇ। ਅਤੇ ਤੁਹਾਨੂੰ ਦੇਵ ਅਲੀ ਦਿਖਾਈ ਜਾਂਦਾ ਮੈਂ। 5.5 ਸਾਲ ਉਮਰ ਹੋ ਗਈ ਇਹਦੀ ਹੁਣ, ਸਟੱਡ ਸਰਵਿਸ ਭਲਵਾਨ ਜੀ ਨੇ ਓਪਨ ਕਰਤੀ, ਅਤੇ ਫੀਸ ਵਗੈਰਾ ਹਾਈਟ ਸਾਰੀ ਗੱਲਬਾਤ ਆਪਾਂ ਕਰਾਂਗੇ। ਅਤੇ ਭਲਵਾਨ ਜੀ ਕੋਲ ਇੱਕ ਸ਼ਿਵਾ ਦਾ ਬੱਚਾ ਵੀ ਆ ਜੋ ਕਿ 2 ਸਾਲ ਦੇ ਕਰੀਬ ਹੋ ਗਿਆ, ਪਰ ਉਹ ਥੋੜ੍ਹਾ ਟਾਈਮ ਤੋਂ ਪਹਿਲਾਂ ਹੀ ਛੱਡਤਾ ਸੀ ਇੱਕ ਘੋੜੀ, ਅਤੇ ਘੋੜੀ 6-7 ਮਹੀਨਿਆਂ ਦੀ ਗੱਭਣ ਵੀ ਹੋ ਗਈ, ਭਲਵਾਨ ਜੀ ਦੇ ਫਾਰਮ 'ਤੇ ਖੜ੍ਹੀ ਆ। ਅਤੇ ਜਿਸ ਕਿਸੇ ਭਰਾ ਨੂੰ ਵੀ ਮੱਝੂ ਕੇ ਲਾਈਨ ਦਾ ਸ਼ੌਕੀਨ ਹੁੰਦਾ ਕੋਈ ਵੀ ਸ਼ਿਵੇ ਦੇ ਪੁੱਤ ਤੋਂ ਬਰੀਡਿੰਗ ਸਰਵਿਸ ਲੈਣੀ ਹੋਵੇ, ਭਲਵਾਨ ਜੀ ਕਹਿੰਦੇ ਵੀ ਬਿਲਕੁਲ ਜਾਇਜ਼ ਫੀਸ 'ਤੇ ਆਪਾਂ ਉਹ ਬੱਚਾ ਵੀ ਛੱਡ ਦਾਂਗੇ। ਅਤੇ ਘੋੜੀਆਂ ਵੀ ਕਦੋਂ ਖੜੀਆਂ ਨੇ ਸੇਲ ਵਾਲੀਆਂ, ਜਿਸ ਕਿਸੇ ਭਰਾ ਨੂੰ ਕੋਈ ਘੋੜੀ ਚਾਹੀਦੀ ਹੋਈ ਅਤੇ ਉਹ ਵੀ ਭਲਵਾਨ ਜੀ ਨੂੰ ਫੋਨ ਕਰ ਲਿਓ। ਅਤੇ ਨਾਲ ਹੀ ਭਲਵਾਨ ਜੀ ਦੀ ਜ਼ਿੰਦਗੀ ਦੇ ਕੁਝ ਕਿੱਸੇ ਵੀ ਸੁਣਾਂਗੇ, ਕਿਉਂਕਿ 28-29 ਸਾਲ ਭਲਵਾਨ ਜੀ ਇਟਲੀ ਲਾ ਕੇ ਆਇਆ, ਇਸ ਕਰਕੇ ਇਟਲੀ ਨੇ ਬਹੁਤ ਕੁਛ ਦਿੱਤਾ ਭਲਵਾਨ ਜੀ ਨੂੰ, ਇਸ ਕਰਕੇ ਇਟਲੀ ਸਟੱਡ ਫਾਰਮ ਪਿੰਡ ਗੁੜੇ ਨਾਮ ਵੀ ਇਟਲੀ ਰੱਖਿਆ ਫਾਰਮ ਦਾ। ਸੋ 28-29 ਸਾਲ ਦਾ ਬਹੁਤ ਵੱਡਾ ਵਖਵਾ ਹੋ ਜਾਂਦਾ, ਹੱਡ ਭੰਨਵੀਂ ਮਿਹਨਤ ਕਰਕੇ 16-16 ਘੰਟੇ ਕੰਮ ਕਰਕੇ ਅਤੇ ਅੱਜ ਇਸ ਮੁਕਾਮ 'ਤੇ ਪਹੁੰਚੇ ਆ। ਅਤੇ ਮਹਾਰਾਜ ਨੇ ਕਿਰਪਾ ਕੀਤੀ ਆ, ਮਾਰਵਾੜੀ ਘੋੜਾ ਬਹੁਤ ਸੋਹਣਾ ਤੁਸੀਂ ਦੇਖ ਰਹੇ ਹੋ ਜਿਹੜਾ। ਆ ਜਾਓ ਹੁਣ ਤੁਹਾਡੀ ਕਰਾਉਂਦੇ ਹਾਂ ਗੱਲਬਾਤ ਭਲਵਾਨ ਜੀ ਦੇ ਨਾਲ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਇਟਲੀ ਸਟੱਡ ਫਾਰਮ ਪਿੰਡ ਗੁੜੇ ਜ਼ਿਲ੍ਹਾ ਲੁਧਿਆਣਾ, ਅਤੇ ਮੇਰੇ ਨਾਲ ਭਲਵਾਨ ਸਤਵੰਤ ਸਿੰਘ ਜੀ। ਅੱਜ ਆਪਾਂ ਨੇ ਦੇਵ ਅਲੀ ਦੀ ਵੀਡੀਓ ਸ਼ੂਟ ਕੀਤੀ ਆ ਦੁਬਾਰਾ, 6-7 ਮਹੀਨੇ ਪਹਿਲਾਂ ਵੀ ਹੋ ਗਿਆ ਆਪਾਂ ਵੀਡੀਓ ਕਰੀ ਸੀ, ਅਤੇ ਹੁਣ ਦੇਵ ਅਲੀ ਦੇ ਰਿਜ਼ਲਟ ਆ ਗਏ ਵੀ ਮਿੱਤਰੋ। ਜਗਰਾਵਾਂ ਮੰਡੀ 'ਤੇ ਜਿਹੜੇ ਸੱਜਣ ਮਿੱਤਰ ਗਏ ਆ, ਦੇਵ ਅਲੀ ਦਾ ਬੱਚਾ ਲੱਗਿਆ ਹੋਇਆ ਸੀ ਬਿਲਕੁਲ ਦੇਵ ਅਲੀ ਦੇ ਬੈਕ ਸਾਈਡ, ਬਹੁਤ ਸੋਹਣਾ ਬੱਚਾ ਆਇਆ।
ਤੇ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ। ਤੇ ਆਪਣੇ ਨਾਲ ਭਲਵਾਨ ਜੀ ਨੇ, ਭਲਵਾਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਓਕੇ ਜੀ, ਤੁਹਾਡੇ ਆਇਆਂ ਦਾ ਬਹੁਤ ਵਧੀਆ ਸਵਾਗਤ ਹੈ, ਹੋਰ ਸਾਰੇ ਸਰੋਤਿਆਂ ਨੂੰ ਸਾਡੇ ਨੂੰ ਫਤਿਹ। ਤੇ ਭਲਵਾਨ ਜੀ ਜਿੱਥੇ ਕਹਿੰਦੇ ਵੀ ਸਾਨ ਤੇ ਭਲਵਾਨ ਕਰਮ ਵਾਲਿਆਂ ਦੇ ਘਰੇ ਹੁੰਦੇ ਆ ਜੀ, ਇੱਥੇ ਸਾਨ ਵੀ ਆ ਤੇ ਭਲਵਾਨ ਵੀ ਰਹੇ ਆ ਜੀ। ਤੇ ਇੱਕ ਮੈਂ ਤੁਹਾਨੂੰ ਅੱਜ ਉਹ ਫਿਰ ਵੀ ਕਲਿੱਪ ਲਾਊਂਗਾ ਮੈਂ, ਲਾਲ ਬਿੱਲੀ ਜੀਪ ਜਿੱਤੀ ਸੀ ਭਲਵਾਨ ਜੀ ਦੇ ਫਾਦਰ ਸਾਹਿਬ ਨੇ 80 ਸਾਲ ਦੀ ਉਮਰ ਦੇ ਵਿੱਚ 500 ਡੰਡ ਲਾ ਕੇ। ਉਹਦੇ ਉੱਪਰ ਵੀ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ, ਕਿਉਂਕਿ ਜਿਹੜੀ ਇਹੋ ਜਿਹੀ ਚੀਜ਼ ਆਪਾਂ ਨੂੰ ਪਤਾ ਲੱਗਦੀ ਆ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਆ ਕਿ ਇੰਨਾ ਜੁੱਸਾ ਰਿਹਾ ਜੀ ਐਡੀ ਉਮਰ ਦੇ ਵਿੱਚ ਜਾ ਕੇ ਆਪਾਂ 500 ਡੰਡ ਲਾਉਣਾ ਕੋਈ ਸੌਖੀ ਗੱਲ ਨਹੀਂ ਭਲਵਾਨ ਜੀ। ਅਤੇ ਹੁਣ ਆਪਾਂ ਪਹਿਲਾਂ ਕਰਾਂਗੇ ਦੇਵਵਾਲੀ ਦੀ ਗੱਲ। ਭਲਵਾਨ ਜੀ ਆਪਣਾ ਦੇਵਵਾਲੀ ਆ, ਅਤੇ ਹੁਣ ਕਿੰਨੀ ਉਮਰ ਦਾ ਹੋ ਗਿਆ ਜੀ? ਹੁਣ 5.5 ਸਾਲ ਦਾ ਹੋ ਗਿਆ ਜੀ। 5.5 ਸਾਲ ਦਾ ਹੋ ਗਿਆ ਜੀ, ਹਾਂਜੀ ਠੀਕ ਹੈ ਜੀ। ਅਤੇ ਹਾਈਟ ਕਿੰਨੀ ਕਰ ਗਈ ਹੁਣ? ਹਾਈਟ 65 ਦੀ ਹੈ, 50 ਵਾਲੀ ਆ। ਅੱਛਾ, ਸਕੇਲ ਨੂੰ ਤਾਂ 60 ਕਹੀ ਜਾਈਏ, ਹਨਾ ਠੀਕ ਹੈ, ਉਹ ਗੱਲਾਂ ਨਹੀਂ ਹੁੰਦੀਆਂ ਆਪਣੀਆਂ। ਡਿਜ਼ਾਇਨ ਦੇ ਪਾਸ ਆ ਇਹ ਪੂਰੀ ਉਮਰ ਪ੍ਰੋਪਰਟ 5.5 ਸਾਲ ਦੀ ਹੋ ਗਈ। ਠੀਕ ਆ। ਨਹੀਂ ਭਲਵਾਨ ਜੀ, ਤੁਸੀਂ ਜਦੋਂ ਆਪਾਂ ਪਹਿਲਾਂ ਵੀਡੀਓ ਕੀਤੀ ਤੁਸੀਂ ਇਹ ਗੱਲ ਕਹੀ ਸੀ ਤੁਸੀਂ ਨੇ 6 ਦਾ ਵੀ DNA ਕਰਾਤਾ ਸੀ ਤੇ ਦੇਵਵਾਲੀ ਦਾ ਵੀ ਕਰਾਤਾ ਸੀ, ਤੇ ਦਰੋਣੇ ਦਾ ਤੇ ਦੇਵਵਾਲੀ ਨਾਲ ਹੁਣ ਮੈਚ ਕਰਿਆ ਹੋਇਆ DNA। ਹਾਂਜੀ, ਹੁਣ ਮੈਚ ਹੋਇਆ ਦੁਬਾਰਾ, ਫਿਰ ਕਿਹੜੀ ਗੱਲ ਤੂੰ ਮੈਨੂੰ ਕਿਹਦਾ ਫੋਨ ਲਵਾਵਾਂਗੇ ਤੈਨੂੰ, ਠੀਕ ਹੈ ਨਾ? ਦੇਵਵਾਲੀ ਦਾ ਕਰਾਤਾ, ਬਾਅਦ ਚੋਂ ਜਦੋਂ ਦਰੋਣੇ ਦਾ ਫਿਰ ਦੁਬਾਰਾ ਮੈਚ ਕਰਵਾਇਆ, ਦਰੋਣੇ ਦਾ ਲੱਗਣ ਭਰਾਵਾਂ ਨੇ ਮਗਰੋਂ ਕਰਾਇਆ। ਅੱਛਾ, ਜਦੋਂ ਪੂਨੇ ਚਲੇ ਗਿਆ ਅਸੀਂ ਤਾਂ ਇਹਦਾ ਨਰਮਜੇ ਦਾ ਕਰਾਇਆ, 1.5 ਸਾਲ ਦੇ ਦਾ ਕਰਾਤਾ। ਅੱਛਾ ਜੀ, ਹਾਂ ਨਹੀਂ ਚਲੋ ਚੰਗੀ ਗੱਲ ਆ ਭਲਵਾਨ ਜੀ। ਵੀ ਜਿਵੇਂ ਝੂਠ ਚੱਲਦਾ ਵੀ ਫਲਾਣੇ ਦਾ ਫਲਾਣੇ ਦਾ, ਉਹ ਗੱਲਾਂ ਨਹੀਂ ਰਹਿੰਦੀਆਂ, ਉਹ ਨਹੀਂ ਚੱਲ ਸਕਦਾ। ਮੈਂ ਘੋੜਾ ਹੋਰ ਵੀ ਲਿਆ ਕੇ ਜਿਵੇਂ ਦੂਜਾ ਬੱਚਾ ਖੜਾ ਕਰੇ, ਹੁਣ ਅਸੀਂ ਵੀ ਝੂਠ ਨਹੀਂ ਬੋਲ ਸਕਦੇ। ਸਹੀ ਗੱਲ ਆ ਜੀ, DNA ਬਹੁਤ ਜ਼ਰੂਰੀ ਆ। DNA ਨਹੀਂ, ਚੰਗੀ ਗੱਲ ਆ ਜੀ, ਇਹ ਚੰਗੀ ਸੋਚ ਦੇ ਨਤੀਜੇ ਆ ਜੀ। ਜਿਹੜਾ ਅਸੀਂ DNA ਕਰਾਇਆ ਭਲਵਾਨ ਜੀ, ਤੇ 65.5 ਇੰਚ ਹਾਈਟ ਹੋ ਗਈ, ਤੇ ਬੱਚੇ ਕਿੰਨੇ ਆ ਗਏ ਭਲਵਾਨ ਜੀ ਹੁਣ ਆਪਣੇ ਕੋਲ? ਬੱਚੇ 4-5 ਆ ਗਏ ਇਹਦੇ। ਅੱਛਾ ਜੀ, ਤੇ ਹੁਣ ਘੋੜੀਆਂ ਵਿੱਚ ਗੱਭਣਾ ਵੀ ਖੜੀਆਂ, ਠੀਕ ਹੈ, ਸੂਣ ਵਾਲੀਆਂ ਨੇ, ਕਿਉਂਕਿ ਬਰੀਡਿੰਗ ਸੀਜ਼ਨ ਆ ਹੁਣੇ ਸਟਾਰਟ ਹੁੰਦਾ ਹੁੰਦਾ ਇਹਨਾਂ ਦਿਨਾਂ 'ਚ ਜੀ। ਤੇ ਅਸੀਂ ਛੱਡਿਆ ਥੋੜ੍ਹਾ ਲੇਟ, ਠੀਕ ਹੈ ਜੀ, ਪਹਿਲਾਂ 6 ਚੱਲੀ ਗਿਆ, ਠੀਕ ਹੈ ਜੀ, ਇਸੇ ਕਰਕੇ ਇਹਨਾਂ ਨੇ ਗਗਨ ਹੋਣਾ ਨੇ ਛੋਟਾ ਬੱਚਾ ਵੀ ਇੱਕ ਦਿਨ ਛੱਡਤਾ, ਉਹ 6-7 ਮਹੀਨੇ ਦੀ ਗੱਭਣ ਖੜੀ ਹੈ। ਅੱਛਾ, ਜਿਹੜਾ 6 ਦਾ ਬੱਚਾ ਜੀ, 6 ਦਾ ਬੱਚਾ ਨਿਆਣਾ ਨੇ ਛੱਡ। ਅੱਛਾ ਜੀ, ਉਹ ਤੇ ਵੀ ਚਲੋ ਆਪਾਂ ਗੱਲ ਕਰਾਂਗੇ। ਤੇ ਹੁਣ ਆਪਣੇ ਦੇਵਵਾਲੀ ਦਾ ਜਿਹੜਾ ਰਿਜ਼ਲਟ ਬੈਕ ਸਾਈਡ ਖੜਾ ਸੀ, ਉਹ ਵੀ ਬਹੁਤ ਸੋਹਣਾ ਬੱਚਾ ਆਇਆ ਜੀ। ਹਾਂਜੀ, ਸਾਡੇ ਇੱਥੇ ਦਵਈ ਆ। ਅੱਛਾ ਜੀ, ਉਹਦੇ ਵੀ ਆਪਾਂ ਕੈਮਰਾ ਜ਼ਰੂਰ ਮਾਰ ਲਾਂਗੇ, ਥੋੜ੍ਹਾ ਜਿਹਾ ਲੈ ਰਹੇ ਉਹਦਾ। ਹਾਂ ਹਾਂ ਜੀ, ਅਤੇ ਉਹ ਕਿੰਨੀ ਕੁ ਉਮਰ ਦਾ ਬੱਚਾ ਜੀ? ਉਹ ਮੰਡੀ ਵਾਲੇ ਦਿਨ 22-23 ਦਿਨ ਦਾ ਸੀਗਾ, ਠੀਕ ਹੈ ਜੀ। ਤੇ ਮਾਂ ਉਹਦੀ ਹੈਗੀ ਨੀਲੀ, ਸੰਜਾਬੀ ਨੀਲੀ ਹੈ ਜੀ। ਉਹ ਕਿਹੜੇ ਘੋੜੇ ਦੀ ਭਲਵਾਨ ਜੀ? ਉਹ ਲੋਹਗੜ ਵਾਲੇ ਮੱਖਣ ਦੀ ਆ, ਠੀਕ ਹੈ ਜੀ, ਠੀਕ ਹੈ। ਤੇ ਬੱਚੇ ਦੀ ਮਾਰਕਿੰਗ ਹੈਗੀ ਆ ਮੱਥੇ ਪਟਾ ਜੀ? ਮੱਥੇ ਪਟਾ, 3 ਪੈਰ ਆ, 3 ਪੈਰ ਚੱਟੇ। ਤੇ ਉਹ ਵੀ ਬੱਚਾ ਕਾਲਾ ਹੀ ਬਣੂਗਾ ਭਲਵਾਨ ਜੀ? ਕਾਲਾ ਹੀ ਬਣੂਗਾ, ਠੀਕ ਹੈ ਜੀ। ਜਿੱਥੋਂ ਜਿੱਥੋਂ ਵਾਲ ਲਹੀ ਜਾਂਦੇ ਉਹ ਕਾਲਾ ਹੀ ਨਿਕਲਦਾ, ਠੀਕ ਹੈ। ਹਾਂ, ਜਿਵੇਂ ਉਹਦੀ ਮਾਂ ਨੀ ਲੱਗੀ, ਪਰ ਐਂਦਾ ਵੀ ਨੀਲਾ ਵੀ ਹੋਣ ਦੇ ਜਾਣ ਦਾ, ਪਰ ਉਹ ਕਾਲਾ ਰਹੂਗਾ ਜੀ। ਪਹਿਲਾਂ ਸਾਨੂੰ ਸੀਗਾ ਗੈਰੀ ਵੀ ਕਹਿੰਦਾ ਸੀ ਬਾਈ ਹੋ ਸਕਦਾ ਨੀਲਾ ਹੋਵੇ। ਅੱਛਾ ਜੀ, ਤੇ ਨਹੀਂ ਕਾਲਾ ਨਿਕਲ ਜਾਂਦਾ, ਠੀਕ ਹੈ ਜੀ। ਅੱਗੇ ਉਹਦਾ ਪਤਾ ਨਹੀਂ ਹੁਣ ਗਾਹਾਂ ਜਾ ਕੇ। ਹਾਂ, ਨਹੀਂ ਨਹੀਂ ਉਹਨੇ ਕਾਲਾ ਹੀ ਰਹਿਣਾ ਜੀ ਬੱਚੇ ਨੇ, ਨਹੀਂ ਤਾਂ ਨੀਲੇ ਬਾਂ ਦੀ ਭਾ ਮਾਰਦੀ ਹੁੰਦੀ ਹੈ ਬੱਚੇ ਚੋਂ 20 ਵਾਰੀ, ਨਹੀਂ ਕਾਲਾ ਹੀ ਹੋਊਗਾ। ਬੱਚਾ ਵਿਆਹ ਤਾਂ ਬਹੁਤ ਹੁੰਦੜ ਹੈ ਨਾ, ਮਾਂ ਵੀ ਬਹੁਤ ਏਡੀ ਸੀ, ਜ਼ਿਆਦੇ ਰੋਲ ਮਾਂ ਦਾ ਹੁੰਦਾ ਕਹਿ ਦਿੰਦੇ ਆ। ਹਾਂਜੀ ਹਾਂਜੀ, ਠੀਕ ਆ ਨਾ ਬੰਦੇ, ਠੀਕ ਸਾਰੇ ਬੰਦੇ ਕਹਿੰਦੇ ਘੋੜੇ ਦਾ, ਹਾਂਜੀ 9 ਘੋੜੇ ਦਾ ਹੀ ਹੁੰਦਾ, ਜਿਵੇਂ ਆਪਣੇ ਬਾਪ ਦਾ 9 ਹੀ ਵੱਜਦਾ। ਬਿਲਕੁਲ, ਜਿਵੇਂ ਆਪਾਂ ਬਾਪ ਦੇ ਗੋਤੀ ਆ, ਉਹ ਤਾਂ ਬਾਪ ਦਾ ਹੀ ਲੱਗਣਾ ਹੁੰਦਾ। ਸਹੀ ਗੱਲ ਹੈ, ਮਾਂ ਦਾ ਵੀ ਬਰੀਡਿੰਗ ਚ ਬਹੁਤ ਵੱਡਾ ਰੋਲ।
ਸਹੀ ਗੱਲ ਹੈ ਨਾ, ਮਾਂ ਵੀ ਚੰਗੀ ਆ ਤੇ ਬੱਚਾ ਮੈਨੂੰ ਐਂ ਲੱਗਦਾ ਵੀ ਆਪਦੇ ਪਿਓ ਨਾਲੋਂ ਟੱਪੂਗਾ ਜੀ, ਜਿਵੇਂ ਕੱਦ ਕਾਠ ਉਹਦਾ ਜੀ। ਹਾਂਜੀ ਅਸੀਂ 2 ਦਿਨ ਦੇ ਪਹਿਲਾਂ ਦੇਖ ਕੇ ਆਏ ਸੀਗੇ, ਦੱਸਦਾ ਸੀ ਵੀ ਉਦਣ ਹੀ ਕਹਿਤਾ ਬਾਈ ਨੂੰ ਮੈਂ ਆਖਿਆ ਬਾਈ ਘੋੜਾ ਬਣਨਾ ਇਹਨੇ। ਅੱਛਾ ਜੀ, ਨਹੀਂ ਚਲੋ ਖੁਸ਼ੀ ਦੀ ਗੱਲ ਆ ਜੀ। ਤੇ ਬਾਕੀ ਦਰੋਣਾ ਜਿਵੇਂ ਆਪਣੇ ਪੰਜਾਬ ਚ ਚਲੇ ਗਿਆ, ਮਤਲਬ ਲਿਮਿਟਡ ਬੱਚੇ ਹੋਣੇ ਦਰੋਣੇ ਦੇ, 5-4 ਬੱਚੇ ਹੋਣੇ। ਕਾਲਾ ਤਾਂ ਇਹ ਤੁਸੀਂ ਦੱਸ ਦਿਓ ਵੀ 1 ਹੈ ਜੀ ਆਪਣੇ। ਕਾਲਾ ਆਸਟ੍ਰੇਲੀਆ ਨਹੀਂ ਹੈ ਜੀ, ਸਾਈ ਘੋੜਾ ਬਣਿਆ ਨਹੀਂ ਹੈ ਕੋਈ ਲੱਗਦਾ। ਅੱਛਾ ਜੀ, ਉਹ 7-7 ਸਾਲ ਪਹਿਲਾਂ ਗੱਲ ਹੋਈ ਸੀ ਕੁਲਵਿੰਦਰ ਨਾਲ ਆਪਣੇ ਨਾ। ਅੱਛਾ ਜੀ, ਇਹਦੀ ਨਗਰ ਭਰਾਵਾਂ ਦੀ। ਅੱਛਾ ਜੀ, ਉਹ ਕਹਿੰਦੇ ਸਾਡੇ ਘਰੇ ਬੱਚਾ ਆ ਗਿਆ ਕਾਲਾ ਇੱਕ। ਅੱਛਾ ਜੀ, ਵੀ ਜੇ ਸਾਹ ਨਹੀਂ ਕੋਈ ਬਣ ਕੇ ਤਿਆਰ ਹੋਇਆ ਆਪਾਂ, ਕਿਉਂਕਿ ਉਹਦਾ ਬਹੁਤ ਫਰਕ ਹੈ ਜੀ ਉਹਨਾਂ ਦੇ ਫਾਰਮ ਦਾ ਤੇ ਆਪਣੇ ਪੰਜਾਬ ਦਾ। ਪੰਜਾਬ ਚ ਆਪਾਂ ਗੱਲ ਕਰੀਏ ਇਕੱਲਾ ਕਾਲਾ ਘੋੜਾ ਦਰੋਣੀ ਦਾ ਆਪਣੇ ਵਾਲੀ ਆ, ਦੇਵਲੀ ਉਹ। ਠੀਕ ਹੈ ਜੀ, ਪਹਿਲਵਾਨ ਜੀ ਹੁਣ ਫੀਸ ਕਿੰਨੀ ਆ ਆਪਣੇ ਘੋੜੇ ਦੀ? ਹੁਣ ਫੀਸ ਆਪਾਂ 51,000 51,000 ਐਸ ਮੰਡੀ ਤੇ ਬੋਲਦੇ ਜੀ, ਜਗਰਾਵਾਂ ਤੇ। ਹਾਂਜੀ ਠੀਕ ਹੈ ਜੀ। ਪਹਿਲਵਾਨ ਜੀ ਜਗਰਾਵਾਂ ਮੰਡੀ ਕਿੰਨੀ ਕੁ ਦੂਰ ਪੈ ਜਾਂਦੀ ਆਪਾਂ ਨੂੰ? ਜਗਰਾਵਾਂ ਮੰਡੀ 7 ਕਿਲੋਮੀਟਰ ਹੈ, ਨੇੜੀ ਆ ਜੀ ਕੰਮ ਫਿਰ ਤਾਂ। ਠੀਕ ਹੈ ਜੀ, ਇਹਦਾ ਪਰ ਤੁਸੀਂ ਲੰਮੇ ਟਾਈਮ ਤੋਂ ਜਦੋਂ ਘੋੜੇ ਰੱਖਿਆ ਤੁਸੀਂ ਉਦੋਂ ਵੀ ਲਾਉਂਦੇ ਆ ਰਹੇ ਹੋਣੇ ਮੰਡੀ? ਹਾਂਜੀ, ਅਸੀਂ ਤਾਂ ਬਾਹਰੋਂ ਆ ਕੇ ਵੀ ਇਹ ਮੰਡੀ ਦੇ ਕਰਕੇ ਆਉਂਦੇ ਹੁੰਦੇ। ਅੱਛਾ ਜੀ, ਜਾਂ ਮੈਂ ਆਉਣਾ ਜਾਂ ਕੁਲਵਿੰਦਰ ਨੇ। ਅੱਛਾ ਜੀ, ਵੀ ਬਾਪੂ ਨੂੰ ਲੈ ਕੇ ਜਾਣਾ। ਅੱਛਾ ਜੀ, ਨੇੜੇ ਮੰਡੀ ਦਾ ਸੋਹੋ ਹੋ ਜਾਂਦਾ ਬਹੁਤ ਜ਼ਿਆਦਾ। ਘਰ ਵਾਂਗੂ ਲੱਗਦੀ ਹੈ ਸਾਨੂੰ। ਠੀਕ ਹੈ ਜੀ, ਕੋਈ ਗਾਲਾ ਨਹੀਂ ਲੱਗਦਾ ਜੀ। ਅਤੇ ਮੰਡੀਆਂ ਜਿਵੇਂ 2 ਲੱਗਦੇ ਨੇ, 2 ਦੀਆਂ 2 ਲਾਉਂਦੇ ਘੋੜਿਆਂ ਨਾਲ? ਨਹੀਂ, ਉੱਥੇ ਮੁਕਤਸਰ ਸਾਹਿਬ ਵੀ ਲਾਉਂਦੇ ਰਹੇ ਹਾਂ ਪਹਿਲਾਂ। ਅੱਛਾ ਜੀ, ਹੁਣ ਮਗਰਲੀ ਮੰਡੀ ਉਦੋਂ ਦਾ ਦਿਲ ਜਿਹਾ ਥੋੜ੍ਹਾ ਡੋਲ ਗਿਆ ਸੀ, ਵੀ ਉੱਥੋਂ ਜਾ ਕੇ ਚੜ੍ਹਾਈ ਕਰ ਗਿਆ। ਹਾਂਜੀ ਹਾਂਜੀ ਹਾਂਜੀ, ਅਤੇ ਫਿਰ ਉਦੋਂ ਮੋਰ ਆਹ ਮੰਡੀ ਲੋਹੜੀ ਲਾਈ ਨਹੀਂ ਸੀ। ਅੱਛਾ ਜੀ, ਨਹੀਂ ਵੈਸੇ ਉਹ ਪਹਿਲਾਂ ਤੋਂ ਇੱਕ ਤਾਂ ਆਪਣੀ ਲੱਗਦੀ ਹੁੰਦੀ ਹੈ ਇਹ ਸਤੰਬਰ ਦੇ ਵਿੱਚ ਲੱਗਣ ਲੱਗ ਗਈ ਹੁਣ ਤਾਂ ਜੀ, ਉਦੋਂ ਪਹਿਲਾਂ ਅਗਸਤ ਦੇ ਲਾਸਟ ਚ ਲੱਗਦੀ ਸੀ ਪੱਕੀ, ਤੇ ਇੱਕ ਲੱਗਦੀ ਹੁੰਦੀ ਹੈ ਫਰਵਰੀ ਦੇ ਲਾਸਟ ਚ। ਇਹ ਮੰਡੀਆਂ ਪੱਕੀਆਂ ਹੁੰਦੀਆਂ। ਅੱਛਾ, ਇਹ ਦੋਹੇ ਮੰਡੀਆਂ ਵੱਲ ਲਾਉਂਦੇ ਹੋ? ਲਾਉਂਦੇ ਹੋ ਤੁਸੀਂ? ਹਾਂਜੀ, ਉਹ ਪਿਛਲੇ ਪਾਸੇ ਹੋਣੇ ਆ ਜੀ, ਉੱਥੇ ਸਰਬਜੋਤ ਇਆਲੀ ਵਾਲੇ ਦੇ ਨਾਲ ਹੁੰਦਾ। ਹਾਂਜੀ ਹਾਂਜੀ, ਠੀਕ ਹੈ ਜੀ, ਕੋਲ ਹੀ ਹੁੰਦਾ। ਤੇ ਫਿਰ ਹੁਣ ਮੁਕਤਸਰ ਦੇਖਣ ਨੂੰ ਮਿਲੂ ਆਪਣਾ ਦੇਵਲੀ, ਆਪਾਂ ਨੂੰ ਲੈ ਕੇ ਜਾਓਗੇ ਇਸ ਵਾਰ? ਦੇਖੋ ਹੁਣ ਹੋ ਸਕਦਾ ਪਹਿਲਾਂ ਪੁਸ਼ਕਰ ਜਾਈਏ। ਅੱਛਾ, ਪੁਸ਼ਕਰ ਦਾ ਮਤਲਬ ਸੇਵਾ ਵੀ ਲੈ ਕੇ ਗਏ? ਠੀਕ ਆ, ਉੱਥੇ ਮਤਲਬ ਪੂਰੀ ਖਿੱਚ ਦਾ ਕੇਂਦਰ ਬਣਿਆ ਸੀ, ਲੋਕਾਂ ਦੀ ਨਜ਼ਰਾਂ ਚ ਉੱਥੋਂ ਜੁੜਿਆ ਸੀ ਸੇਵਾ। ਉੱਥੋਂ ਪਹਿਲਾਂ ਪੈਸੇ ਉੱਥੇ ਲੱਗੇ ਸੀ, ਅਗਰ ਨਹੀਂ ਜਾ ਰਹੀ ਦਿੰਦੇ। ਅੱਛਾ ਅੱਛਾ ਜੀ, ਠੀਕ ਹੈ ਜੀ। ਨਹੀਂ ਜਿਵੇਂ ਹੁਣ ਦਰੋਣੇ ਦਾ ਬੱਚਾ ਦੇਵਲੀ, ਇਹਨੂੰ ਵੀ ਘੁਮਾ ਕੇ ਲਿਆਓ ਪੁਸ਼ਕਰ ਜ਼ਰੂਰ ਆਪਣੇ। ਦੇਖਦੇ ਹਾਂ, ਹਜੇ ਸਲਾਹ ਬਣਦੀ ਆ, ਹੋ ਸਕਦਾ ਪੱਕਾ ਫਿਰ ਤਾਂ ਜਾਵਾਂਗੇ। ਅੱਛਾ ਜੀ, ਨਹੀਂ ਬਹੁਤ ਚੰਗੀ ਗੱਲ ਹੈ, ਆਪਣੇ ਪੰਜਾਬ ਚੋਂ ਬਹੁਤ ਘੋੜੇ ਜਾ ਰਹੇ ਆ ਇਸ ਵਾਰ, ਜਿੰਨੇ ਵੀ ਘੋੜਿਆਂ ਦੇ ਭਰਾਵਾਂ ਨਾਲ ਗੱਲ ਹੁੰਦੀ ਆ, ਤੇ ਉੱਥੇ ਪੁਸ਼ਕਰ ਜਾ ਕੇ ਲਿਆ ਵੀ ਰਾਜਸਥਾਨ ਚ ਐਂ ਲੱਗਦਾ ਵੀ ਕਿਸੇ ਜਿਵੇਂ ਟਿੱਬਿਆਂ ਵਾਲੇ ਪਿੰਡ ਚ ਆ ਗਏ, ਹੋਈ ਰੇਤੇ ਦੇ ਉੱਪਰ ਘੋੜੇ ਬੰਨੇ, ਹੁਣ ਪੰਜਾਬ ਹੀ ਲੱਗਦਾ ਚਾਰ ਛਪੇਰੇ ਜੀ। ਹੁਣ ਆਏ ਆ ਅੱਗੇ ਜਾਂ ਅਸੀਂ ਬਾਹਰ ਹੁੰਦੇ ਸੀ ਬਿਆੰਤ। ਅੱਛਾ ਜੀ, ਉੱਥੇ ਘੁੰਮਣ ਜਾਣਾ ਕਿਤੇ ਦੂਜੀ ਕੰਟਰੀ ਚਲੇ ਗਏ, ਉੱਥੇ ਚਲੇ ਜਾਣਾ ਛੁੱਟੀਆਂ ਵਾਲੇ ਦਿਨਾਂ ਚ। ਹਾਂਜੀ, ਹੁਣ ਸਾਨੂੰ ਆਪਦੇ ਆਪ ਨੂੰ ਐਂ ਲੱਗਦਾ ਯਾਰ ਅਸੀਂ ਘੋੜਿਆਂ ਵਾਲੀ ਮੰਡੀ ਚ ਘੁੰਮਣ ਜਾਈਏ। ਹਾਂ, ਨਾਲੇ ਉੱਥੇ ਮਿਲਵਰਤਨ ਹੋ ਜਾਂਦਾ, ਜਿਹੜੇ ਘੋੜਿਆਂ ਵਾਲੇ ਭਰਾ ਹੁੰਦੇ ਕੋਈ ਬਾਹਰਲੀ ਸਟੇਟ ਦੇ ਹੁੰਦੇ ਆ ਜੀ, ਤੇ ਹੁਣ ਦੇਵਲੀ ਨੂੰ ਵਧੀਆ ਗੱਲ ਹੈ, ਪੁਸ਼ਕਰ ਵੀ ਗੇੜਾ ਕਢਾਉਂ ਜੀ ਤੁਸੀਂ। ਹਾਂਜੀ, ਦੇਖਦੇ ਹਾਂ ਹੁਣ ਲੈ ਕੇ ਜਾਵਾਂਗੇ, ਹੋ ਸਕਦਾ ਮਹਾਰਾਜ ਸੁੱਖ ਰੱਖੇ। ਹਾਂਜੀ, ਠੀਕ ਹੈ, ਰੱਬੇ ਤਾਂ ਡੋਰੀਆਂ ਉਹਦੇ ਸਿਰ ਤੇ ਆ। ਠੀਕ ਹੈ ਜੀ, ਤੇ 6ਵੇਂ ਦਾ ਬੱਚਾ ਜਿਹੜੇ ਉਹਦੀ ਵੀ ਆਪਾਂ ਛੋਟਾ ਜਿਹਾ ਕਲਿੱਪ ਲਿਆ 1-2 ਜੀ, ਤੇ ਉਹਦੀ ਕੀ ਉਮਰ ਹੋਊਗੀ, ਕੀ ਨਾਂ ਜੀ ਉਹਦਾ? ਉਹ ਹੋ ਗਿਆ ਜੀ 1.25 ਸਾਲ ਦਾ ਹੋ ਗਿਆ, 1.25-2 ਸਾਲ ਦਾ। 1.25 ਸਾਲ ਦਾ ਜੀ? ਹਾਂਜੀ ਠੀਕ, 1.25 ਸਾਲ ਦਾ ਹੋ ਗਿਆ ਜੀ ਉਹ। ਤੇ ਉਹ ਤੁਸੀਂ ਦੱਸਿਆ ਜਿਵੇਂ ਇੱਕ ਘੋੜੀ ਆਪਣੇ ਕੋਲ ਖੜੀ ਹੈ 7-8 ਮਹੀਨੇ ਦੀ ਗੱਭਣ, ਫਿਰ ਉਹ ਪਹਿਲਾਂ ਹੀ ਛੱਡਤਾ ਜੀ? ਉਹ ਇਹਨਾਂ ਨੇ ਮਾਸੀ ਜੀ ਛੱਡਤਾ, ਕਹਿੰਦੇ ਉਹਨੂੰ ਸਾਡੇ ਜਿਹੜੇ ਹੈਗੇ ਆ ਨਾ ਮੁੰਡੇ। ਅੱਛਾ ਜੀ, ਮਾਸੀ ਜੀ ਕਹਿੰਦੇ ਯਾਰ ਰਲ ਕੇ ਦੇਖ ਲਈਓ, ਗੱਭਣੀ ਹੋ ਗਈ, ਘੋੜੀ ਗੱਭਣ ਰਹਿ ਗਈ। ਠੀਕ ਹੈ ਠੀਕ ਹੈ, 1.25 ਸਾਲ ਦਾ ਹੋਵੇ, ਕੱਦ ਕੁੱਦ ਕਿੰਨਾ ਕਰਕੇ ਭਲਵਾਨ ਜੀ ਉਹ? ਕੱਦ ਹੈ ਤਾਂ 60-65 ਹੀ ਆ। 60-65 ਗਿਆ ਜੀ? ਠੀਕ ਹੈ, ਮੱਜੂ ਘਰੇ ਜਿਵੇਂ ਕਹਿੰਦੇ ਵੀ ਦੇਰ ਤੱਕ 6-7 ਸਾਲ ਤੱਕ ਵਧੀ ਜਾਂਦਾ, ਪਤਾ ਨਹੀਂ ਹੈ ਸਾਰਾ ਕੁਛ ਉਹਦੇ ਵਾਂਗੂ ਹੀ ਲੱਗਦਾ। ਅੱਛਾ ਜੀ, ਪਤਾ ਨਹੀਂ ਲੱਗਦਾ ਇਹਦਾ ਕਿੱਥੇ ਜਾ ਬਣ ਜੀ। ਠੀਕ ਹੈ, ਇਹਦੀ ਫਿਰ ਓਪਨ ਕਰ ਦਈਏ ਸਟਾਰਟ ਸਰਵਿਸ ਜੀ? ਯਾਰ ਲੋੜਵੰਦ ਬੰਦਿਆਂ ਨੂੰ ਆਪਾਂ ਛੱਡ ਦਾਂਗੇ ਜੀ, ਕਈ ਬੰਦੇ ਬਹੁਤ ਕਹੀ ਜਾਂਦੇ ਯਾਰ ਛੱਡਦੇ ਅਸੀਂ ਰੋਕੀ ਜਾਂਦੇ ਜੀ। ਅੱਛਾ, ਜਿਹੜੇ ਸੇਵੇ ਦਾ ਪਿਆਰ ਕਰਦੇ ਵਾਲਾ। ਹਾਂ, ਕਿਉਂਕਿ ਭਲਵਾਨ ਜੀ ਵੀ ਮੱਝੂ ਕੇ ਬਲੱਡ ਲਾਈਨ ਦਾ ਵੀ ਕਮੈਤ ਘੋੜਾ ਬਹੁਤ ਆਪਦੇ ਬਾਪ ਦੀ ਯਾਦ ਆਉਂਦਾ ਸੀਗਾ ਸ਼ਿਵਾ। ਸ਼ਿਵੇ ਦੀ ਫੀਲਿੰਗ ਲੈਣ ਨੂੰ ਕਹਿੰਦੇ ਆ ਕਈ। ਅੱਛਾ ਜੀ, ਚਲੋ ਅਸੀਂ ਆਖਿਆ ਵੀ
ਹੁਣ ਅੱਜ ਹੀ ਰੈਲ ਆਈ ਸੀ ਗਗਨ ਉਹਨਾਂ ਨਾਲ। ਅੱਛਾ ਅੱਛਾ ਜੀ। ਫਿਰ ਕਹਿੰਦੇ ਬਾਈ ਆਪਾਂ ਛੱਡੀ ਦਿੰਦੇ ਹਾਂ, ਥੋੜ੍ਹੀ ਭੀੜ 'ਤੇ ਛੱਡ ਦਾਂਗੇ। ਬਸ ਠੀਕ ਹੈ ਜੀ, 11,000 'ਤੇ ਜਿਹੜਾ ਬੰਦਾ ਕੋਈ ਲੋੜਵੰਦ ਬੰਦਾ ਵੀ ਆ ਜੂ। ਤੋ ਮਿੱਤਰੋ ਇਹ ਗੱਲ ਨੋਟ ਕਰ ਲਿਓ, ਜਿਹੜੇ ਮੱਝੂ ਕੇ ਬਲੱਡ ਲਾਈਨ ਦੇ ਫੈਨ ਆ, ਛੇਵੇਂ ਦੇ ਫੈਨ ਆ, ਉਹਦਾ ਪੁੱਤ ਆ ਭਲਵਾਨ ਜੀ ਉਹਨਾਂ ਕੋਲ, ਅਤੇ ਉਹਦੀ ਸਟੱਡ ਸਰਵਿਸ ਵੀ ਓਪਨ ਕਰਤੀ। ਭਲਵਾਨ ਜੀ ਕਹਿੰਦੇ ਬਿਲਕੁਲ ਜਾਇਜ਼ ਫੀਸ 'ਤੇ ਛੱਡ ਦਾਂਗੇ। ਹੁੰਦੇ ਹੀ ਆ ਭਲਵਾਨ ਜੀ, ਕਈ ਬੰਦਿਆਂ ਨੂੰ ਜਿਵੇਂ ਉਹ ਮੂਸੇ ਵਾਲੇ ਦਾ ਵੀ ਫੇਵਰੇਟ ਘੋੜਾ ਰਿਹਾ ਹੈ ਨਾ, ਹਰਿਕਾ ਹੁੰਦਾ ਵੀ ਅਸੀਂ ਨੇ ਉਸ ਘੋੜੇ ਦੇ ਬੱਚੇ ਤੋਂ ਬਰੀਡਿੰਗ ਸਰਵਿਸ ਲੈਣੀ ਹੈ ਜੀ। ਹਾਂਜੀ ਹਾਂਜੀ, ਠੀਕ ਠੀਕ ਹੈ ਭਲਵਾਨ ਜੀ। ਅਤੇ ਹੁਣ ਜੇ ਆਪਾਂ ਗੱਲ ਕਰੀਏ ਜਿਹੜੀ ਲਾਲ ਬਿੱਲੀ ਆਪਣੇ ਵਿਹੜੇ 'ਚ ਖੜੀ ਹੈ ਜੀ, ਅਤੇ ਇਹ 'ਤੇ ਜ਼ਰੂਰ ਚਾਨਣਾ ਪਾਓ। ਤੁਹਾਡੇ ਫਾਦਰ ਸਾਹਿਬ ਨੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ, 80 ਸਾਲ ਦੀ ਉਮਰ ਦੇ ਵਿੱਚ ਡੰਡ ਲਾ ਕੇ ਜਿੱਤੀ ਸੀ ਭਲਵਾਨ ਜੀ। 500 ਡੰਡ ਲਾਇਆ ਜੀ ਭਲਵਾਨੀ। ਅੱਛਾ ਜੀ। ਹਾਂਜੀ, ਜਿਹੜਾ ਬੈਗ ਖੱਟ ਕੇ ਲਾਉਂਦੇ ਹਾਂ ਹੁਣ ਤਾਂ ਅਸੀਂ ਸਪਾਟੇ ਲਾਉਣੇ ਆ, ਸਾਡੇ ਨਹੀਂ ਸੀ ਲਾਉਣ ਦਿੰਦੇ ਹੁੰਦੇ ਉਹ ਅੱਕ ਬਾਪੀ ਜੀ ਹੋਣੀ ਆਪਣੇ। ਅੱਛਾ ਜੀ। ਉਹ ਸਪਾ ਆਹ ਸਿੱਧੇ ਡੰਡ ਲਵਾ ਦਿੰਦੇ ਸਾਡੇ। ਅੱਛਾ ਜੀ। ਹੁਣ ਸਪਾਟਿਆਂ ਦਾ ਹੋ ਗਿਆ ਥੋੜ੍ਹਾ ਜਿਹਾ ਖੜ ਕੇ ਮਾਰ, ਉਹ ਸਾਰੇ ਸਰੀਰ ਦਾ ਜ਼ੋਰ ਲੱਗ ਜਾਂਦਾ ਜੀ। ਇਹ ਚੀਜ਼ ਦਾ ਫਰਕ ਰਹਿੰਦਾ ਜੀ। ਇੱਦਾਂ ਹੋ ਗਿਆ। 500 ਡੰਡ ਲਾਇਆ ਸੀ ਇਹਨਾਂ ਨੇ 80 ਸਾਲ ਦੀ ਉਮਰ ਦੇ। 80 ਸਾਲ ਦੀ ਉਮਰ 'ਚ। ਅੱਛਾ ਜੀ। ਹਾਂ, ਪਹਿਲੇ ਕਹਿੰਦਾ ਆ ਜਾਓ ਜੀ, ਨੇ ਰੱਖਣੀ ਆ ਇੱਟਾਂ ਰੱਖ ਲਓ। ਕਮਾਲ ਆ ਜੀ। ਉੱਥੇ ਕੋਈ ਏਜ ਲਿਮਿਟ ਰੱਖੀ ਹੋਈ ਸੀ ਕਿਵੇਂ? ਏਜ ਦਾ ਤਾਂ ਨਹੀਂ, ਉਹਨਾਂ ਨੇ ਕਿਹਾ ਸੀ 40 ਤੋਂ ਉੱਤੇ ਕਿਹੜਾ ਮਰਜ਼ੀ ਆ ਜਾਓ ਯਾਰ, ਕਹਿ ਦਿਓ ਬਾਬੇ। ਅੱਛਾ ਜੀ, 40 ਸਾਲ ਤੋਂ ਉੱਪਰ ਜਿਹੜਾ ਮਰਜ਼ੀ ਬਰਾਬਰ ਡੰਡ ਲਾ ਲਓ ਜੀ। ਬਾਬਾ ਜੀ 70 ਸਿੰਘ ਜੀ ਸੀਗੇ। ਹਾਂ, 2009 ਦੀ ਗੱਲ ਹੈ, 15 ਸਾਲ ਦੀ ਗੱਲ ਹੋ ਗਈ। ਫਰਵਰੀ 17 ਫਰਵਰੀ ਸੀ। ਅੱਛਾ ਜੀ। ਇਹਦਾ 25 ਫਰਵਰੀ ਦਾ ਵਿਆਹ ਸੀ ਕੁਲਵਿੰਦਰ ਦਾ। ਅੱਛਾ ਜੀ। ਵਿਆਹ ਕਰਨ ਆਏ ਹੋਏ ਸੀ। ਵਿਆਹ ਕਰਨ ਆਏ ਹੋਏ ਜੀ, ਤੇ ਫਿਰ ਕੁਲਵਿੰਦਰ ਨੂੰ ਪਹਿਲੀ ਗਿਫਟ ਦੇਤਾ ਵਿਆਹ ਵਾਲਾ ਜੀ। ਹਾਂ, ਗੱਡੀ ਆਪਾਂ ਕੋਈ ਲਈ ਨਹੀਂ ਸੀ, ਆਪਾਂ ਤਾਂ ਲੋਹੇ ਦੇ ਕੜੇ ਲਏ ਸੀਗੇ। ਅੱਛਾ ਜੀ। ਆਪਾਂ ਤਾਂ ਲੈਣ ਦੇ ਲਿਆ ਜੀ। ਅੱਛਾ ਅੱਛਾ ਜੀ। ਸਾਰੇ ਲੋਕਾਂ ਨੇ ਐਂ ਕਿਹਾ, ਕਹਿੰਦੇ ਯਾਰ ਗੱਡੀ ਤਾਂ ਆ ਗਈ। ਹਾਂ, ਗੱਡੀ ਆ ਗਈ। ਉਹ ਮਿਹਨਤ ਆ ਨਾ ਜੀ, ਜਿਵੇਂ ਮੈਂ ਪਹਿਲਾਂ ਕਿਹਾ ਵੀ ਸਾਨ ਦੇ ਭਲਵਾਨ ਕਰਨ ਵਾਲੇ ਘਰੇ ਹੁੰਦੇ ਆ ਨਾ ਜੀ, ਤੇ ਜਿਹੜੀ ਆ ਲਾਲ ਬਿੱਲੀ ਖੜੀ ਆ, ਤੇ ਤੁਸੀਂ ਆਪ ਸਾਲ ਲਓ 80 ਸਾਲ ਦੀ ਉਮਰ 'ਚ। ਹੁਣ ਅੱਜ ਕੱਲ੍ਹ ਤਾਂ ਜਿਹੜਾ 50-60 ਟੱਪ ਜਾਂਦਾ ਭਲਵਾਨ ਜੀ, ਕਹਿੰਦਾ ਵੀ ਮੈਂ ਤਾਂ ਗਿਆ, ਹੁਣ ਮੇਰੇ ਤਾਂ ਗੋਡੇ ਮੋਢੇ ਖੜਕ ਗਏ ਹੁਣ। ਹਾਂਜੀ ਹਾਂਜੀ, ਸਹੀ ਗੱਲ ਹੈ ਜੀ। ਅਜੇ ਅਸੀਂ ਚੱਲੀ ਜਾਂਦੇ ਹਾਂ, ਹੁਣ ਸਮਝ ਲਓ 7 ਦੇ ਨੇੜੇ ਗਏ ਹੋਏ ਹਾਂ। ਹਾਂ, ਕੋਈ ਦੇਖਣ ਨੂੰ ਕਹਿ ਨਹੀਂ ਸਕਦਾ। ਹੁਣ ਤੁਸੀਂ ਘੋੜਾ ਵੀ ਆਪਾਂ ਫਲਮਾ ਰਹੇ ਸੀ ਉਦੋਂ, ਤਾਂ ਤੁਸੀਂ ਟਰੋਟ ਕਰਾਉਣਾ ਘੋੜੇ ਨੂੰ ਤੋਰਨਾ, ਤਾਂ ਪੂਰੀ ਜਿਵੇਂ 30-35 ਸਾਲ ਦਾ ਬੰਦਾ ਹੁੰਦਾ ਐਨ ਫੁਰਤੀ ਨਾਲ ਉਵੇਂ ਤੋਰ ਲੈਂਦਾ। ਹੁਣ ਕੈਂਪ ਚੱਲਦੇ ਆ ਜੀ ਸਾਡੇ ਬਾਈ ਭਗਵਾਨ ਸਿੰਘ ਰਾਮੂ ਵਾਲੀ ਕੋਚ ਸਾਹਿਬ। ਅੱਛਾ ਜੀ। ਉਹਨਾਂ ਦੇ ਕੈਂਪ ਪੱਕਾ ਹੀ ਮੈਂ ਜਵਾਇ ਕਰਨਾ ਹੁੰਦਾ ਜੋ ਸਾਡੇ ਨੇੜੇ ਲੱਗ ਜੇ। ਠੀਕ ਹੈ ਜੀ। ਉਹਨਾਂ ਦੇ ਕੈਂਪ 'ਚ ਹੁਣ ਵੀ ਜਾਈਦਾ। ਸਿਹਤ ਭਲਵਾਨ ਜੀ, ਸਿਹਤ ਜ਼ਿੰਦਗੀ 'ਚ ਸਭ ਤੋਂ ਵੱਧ ਜ਼ਰੂਰੀ ਹੈ ਬੰਦੇ ਵਾਸਤੇ। ਧਨ ਦੌਲਤ ਰਿਸ਼ਤਿਆਂ ਸਭ ਤੋਂ ਉੱਪਰ ਹੈ ਜੀ, ਕਿਉਂਕਿ ਜਦੋਂ ਤੁਹਾਡੇ 'ਤੇ ਕੋਈ ਕਸ਼ਟ ਆ ਗਿਆ ਤਾਂ ਉਹ ਤੁਹਾਡੇ ਸਰੀਰ ਨਾਲ ਤੁਸੀਂ ਬਣਾਓ। ਆਪਾਂ ਬਿਆਨ ਤੋਂ ਆਫ ਕੈਮਰਾ ਦੀ ਗੱਲ ਕਰਦੇ ਸੀ ਇਹ। ਹਾਂਜੀ। ਸਭ ਤੋਂ ਵੱਡੀ ਪ੍ਰੋਪਰਟੀ ਆਪਣੀ ਸਿਹਤ। ਸਿਹਤ ਆ ਜੀ। ਹਾਂ, ਸਹੀ ਗੱਲ ਹੈ। ਜੇ ਮੈਂ ਹੁਣ ਇੰਨਾ ਲੰਬਾ ਟਾਈਮ ਲਾਇਆ ਆ, ਬਹੁਤ ਲੋਕ ਕਹਿੰਦੇ ਯਾਰ ਇੰਨਾ ਲੰਬਾ ਟਾਈਮ ਲਾ ਕੇ ਕੋਈ ਮੁੜਦਾ ਨਹੀਂ। ਮੈਨੂੰ ਅੱਜ ਲੋਕਡਾਊਨ ਤੋਂ ਮਹੀਨਾ ਪਹਿਲਾਂ ਆ ਗਿਆ ਸੀ ਮੈਂ। ਠੀਕ ਹੈ। ਮੈਨੂੰ 5 ਸਾਲ ਹੋ ਗਏ। 5 ਸਾਲ ਹੋ ਗਏ। ਹਾਂਜੀ। ਉੱਥੇ ਭਲਵਾਨ ਜੀ ਕਿੰਨਾ ਟਾਈਮ ਲਾਇਆ ਹੈ ਤੁਸੀਂ? ਉੱਥੇ ਲਾ ਤੇ 28-29 ਸਾਲ। 28-29 ਸਾਲ ਪਰ ਦੱਬ ਕੇ ਕੰਮ ਕਰਿਆ ਜੀ। ਹਾਂ। ਤੇ ਕਿੰਨਾ ਕੁ ਟਾਈਮ ਭਲਵਾਨ ਜੀ, ਮੈਂ ਹੁਣ ਅੱਜ ਕਹਿ ਵੀ ਚਲੋ ਬਾਹਰਲੇ ਦੇਸ਼ਾਂ 'ਚ ਆਪਣੇ ਜਿੰਨੇ ਵੀ ਪੰਜਾਬੀ ਭਰਾ ਗਏ ਹੋਏ ਹਨਾ, ਕੋਈ 12 ਘੰਟੇ ਕੋਈ 15 ਘੰਟੇ ਕੰਮ ਕਰਦਾ, ਤੁਸੀਂ ਉੱਥੇ ਕਿੰਨਾ ਕੁ ਟਾਈਮ ਕੰਮ ਕਰਦੇ? ਮੈਂ ਯਾਰ 16 ਘੰਟੇ ਕੰਮ ਕੀਤਾ। 16 ਸਾਲ 16 ਸਾਲ 16-16 ਘੰਟੇ ਕੰਮ ਕੀਤਾ ਜੀ। ਬਹੁਤ ਮਿਹਨਤ ਕੀਤੀ। ਇਹ ਗੱਲ ਵੀ ਚਲੋ ਆਪਣੀ ਕਹੀ ਦੀ ਗੱਲ ਨਹੀਂ, ਆਪਾਂ ਆਫ ਕੈਮਰੇ ਦੀ ਗੱਲ ਕਰਦੇ ਸੀ। ਹਾਂਜੀ। ਤੁਸੀਂ ਆਖਿਆ ਵੀ ਇਹ ਗੱਲ ਨਹੀਂ ਕਰੀ ਤੁਸੀਂ ਕਿਸੇ ਇੰਟਰਵਿਊ 'ਚ। ਹਾਂਜੀ। ਮੇਰੇ ਪੈਲਡਾਂ ਸੋਰੀ ਜਿਹੜੇ ਸਾਡੇ ਕਬੱਡੀ ਦੇ ਮੈਚ ਚੱਲਦੇ ਸੀ। ਅੱਛਾ ਜੀ। ਮੈਂ 14 ਸਾਲਾਂ ਮਗਰੋਂ ਸੂਰਜ ਚੜ੍ਹਦਾ ਦੇਖਿਆ ਸੀ। ਅੱਛਾ, ਸੂਰਜ ਉੱਗਦਾ ਦੇਖਿਆ ਸੀਗਾ ਜੀ? ਉੱਗਦਾ। ਠੀਕ ਠੀਕ ਹੈ ਜੀ। ਸੂਰਜ ਤਾਂ ਦਿਨੇ ਦੇਖਦੇ ਸੀ। ਹਾਂਜੀ ਹਾਂਜੀ। ਯਾਨੀ ਮੇਰੀ 3:30 ਦਾ ਟਾਈਮ ਸੀਗਾ। ਅੱਛਾ ਜੀ। ਜਦੋਂ ਮੇਰਾ 8 ਵਜੇ ਕੰਮ ਨਿਬੜ ਜਾਂਦਾ ਸੀਗਾ। ਅੱਛਾ ਜੀ। ਸੁਬਾਹ ਦੇ। ਠੀਕ ਹੈ ਜੀ। ਜਦੋਂ ਨਿਕਲਣਾ ਸੂਰਜ ਬਹੁਤ ਵੱਡਾ ਆਇਆ ਹੁੰਦਾ। ਅੱਛਾ, ਦਿਨ ਚੜਿਆ ਹੁੰਦਾ ਸੀ। ਤੁਸੀਂ ਨਾਈਟ ਸ਼ਿਫਟਾਂ ਜ਼ਿਆਦਾ ਕਰਦੇ ਰਹੇ? ਨਹੀਂ, ਸੁਬਾਹ ਮੇਰਾ ਸਵੇਰੇ ਸ਼ਾਮ ਦਾ ਕੰਮ ਸੀਗਾ। ਅੱਛਾ ਅੱਛਾ ਜੀ। ਮੈਂ 3:30 ਚੜਿਆ ਹੁੰਦਾ ਸੀ, ਸੂਰਜ ਚੜ੍ਹਦਾ ਹੀ 14 ਸਾਲਾਂ ਮਗਰ ਮੈਂ ਹੌਲੀ ਹੌਲੀ ਤੁਰ ਕੇ ਚੜੇ ਗਿਆ ਬਾਰੀ 'ਚ, ਉੱਪਰ ਰਹਿੰਦੇ ਹੁੰਦੇ ਸੀ। ਅੱਛਾ ਜੀ।
ਤੇ ਮੇਰਾ ਬਹੁਤ ਖੁਸ਼ੀ ਹੋਈ, ਮੈਂ ਮੱਥਾ ਟੇਕਿਆ ਸੂਰਜ ਨੂੰ ਜੀ। ਹਾਂ, ਮੈਂ ਕਿਹਾ ਯਾਰ ਮੇਰੇ ਸੱਤ ਆਹ ਹੋਣੇ ਔਰ ਸੂਰਜ ਜੀ ਦੇ ਦਰਸ਼ਨ ਕਰਨੇ ਸੀ। ਕਹਿ ਸਕਦਾ 14 ਸਾਲ ਹੋ ਗਏ, ਮੈਂ ਆਖਿਆ ਜਿਵੇਂ ਆਪਣੇ ਸਿਆਣੇ ਕਹਿੰਦੇ ਚੜ੍ਹਦਾ ਸੂਰਜ ਦੇਖਣਾ ਚਾਹੀਦਾ ਹੈ ਨਾ ਜੀ। ਤੁਸੀਂ ਸਵੇਰੇ ਵੀ, ਸਵੇਰ ਦੇ ਟਾਈਮ ਵੀ ਕੰਮ ਹੁੰਦਾ ਸੀ, ਜਦੋਂ ਦੁਪਹਿਰ ਹੁੰਦੀ ਸੀ ਉਦੋਂ ਕਿਤੇ ਬਾਹਰ ਨਿਕਲਦੇ ਹੋ? ਹਾਂਜੀ, ਦੁਪਹਿਰੇ ਮੇਰੀ ਛੁੱਟੀ ਹੁੰਦੀ, ਸਵੇਰੇ ਸ਼ਾਮ ਕੰਮ ਸੀ ਮੇਰਾ। ਠੀਕ ਹੈ ਜੀ। ਚਾਰ ਪਰਾਂ ਦਾ ਕੰਮ ਕਰਦਾ ਸੀ ਮੈਂ। ਅੱਛਾ ਜੀ। ਮੈਂ ਟਰੈਕਟਰ ਚਲਾਉਂਦਾ ਰਿਹਾ 5 ਸਾਲ ਦਾ। ਅੱਛਾ ਜੀ। ਫਿਰ ਮੈਂ ਗਾਈਆਂ ਦਾ ਕੰਮ ਕੀਤਾ। ਠੀਕ ਹੈ ਜੀ। ਧਾਰਾਂ ਚੁੰਦੇ। ਠੀਕ ਹੈ ਜੀ। ਸਵੇਰੇ ਸ਼ਾਮ। ਤੇ ਹੁਣ ਰਿਟਾਇਰਮੈਂਟ ਲਾਈਫ ਘੈਂਟਾ ਭਲਵਾਨ ਜੀ ਘੋੜਿਆਂ ਨਾਲ ਪੂਰੀ? ਹੁਣ ਆਇਆ ਯਾਰ, ਹੁਣ ਮੈਂ ਤਾਂ ਕਹਿੰਦਾ ਵੀ ਸਾਰੀ ਜ਼ਿੰਦਗੀ ਇਕੱਲਾ ਪੈਸਾ ਨਹੀਂ ਮੁੱਖ ਰੱਖੀਦਾ। ਸਹੀ ਗੱਲ ਹੈ ਜੀ। ਠੀਕ ਹੈ ਨਾ? ਹਾਂ, ਸਹੀ ਗੱਲ ਹੈ ਬਿਲਕੁਲ। ਤੇ ਆਹ ਜਿਹੜੀ ਹੁਣ ਮੈਂ ਸਿਹਤ ਦਾ ਕਹਿੰਦਾ ਰਹਿੰਦਾ, ਤੁਹਾਡੇ ਵਰਗੇ ਚੋਪਰ ਆਪਣੇ ਨਾਲ ਹਰ ਵਾਰ ਖੇਡੇ ਆ, ਉਹਨਾਂ ਨੂੰ ਕਹੀਦਾ ਯਾਰ ਜੇ ਆਪਾਂ ਬੁਢਾਪੇ ਵੇਲੇ ਆਹ ਜਿਹੜਾ ਕਮਾਈ ਕੀਤੀ ਆ ਹਸਪਤਾਲਾਂ 'ਤੇ ਜੇ ਦੇ ਕੇ ਚਲੇ ਗਏ, ਫਿਰ ਕਮਾਈ ਦਾ ਕੀ ਫਾਇਦਾ? ਉਹ ਜਿਵੇਂ ਕਹਾਵਤ ਨਹੀਂ ਹੈਗੀ, ਪਹਿਲਾਂ ਤਾਂ ਪੈਸੇ ਕਮਾਉਣ ਪਿੱਛੇ ਬੰਦਾ ਸਿਹਤ ਗਵਾ ਲੈਂਦਾ, ਫਿਰ ਸਿਹਤ ਪਿੱਛੇ ਪੈਸਾ ਗਵਾ ਲੈਂਦਾ, ਗੱਲ ਉੱਥੇ ਆ ਜਾਂਦੀ ਮੁੜ ਘੁੜ ਕੇ। ਜਿਵੇਂ ਬੋਤੀ ਬੋੜ ਥੱਲੇ ਆਉਣੀ ਹੁੰਦੀ ਹੈ, ਮੁੜ ਘੁੜ ਕੇ ਉਹੀ ਗੱਲ ਹੋ ਜਾਂਦੀ ਹੈ। ਕੋਈ ਮਤਲਬ ਨਹੀਂ, ਹਜੇ ਸਹੀ ਗੋਲੀ ਕਰੀ ਦਾ। ਅੱਛਾ ਜੀ। ਕੋਈ ਗੋਲੀ ਨਹੀਂ, ਕੋਈ ਸ਼ਰ ਨਹੀਂ ਕਰ ਸਕਦੇ ਕਿਤੇ। ਠੀਕ ਹੈ। ਆਪਾਂ ਲੇਟ ਨਹੀਂ ਹੁੰਦੇ, ਕਿਤੇ ਜਾਣਾ ਹੁੰਦਾ। ਅੱਛਾ ਜੀ। ਆਪ ਨੂੰ ਤੋੜ ਲੱਗ ਜਾਂਦੀ ਹੈ ਵੀ ਮੈਨੂੰ ਕੋਈ ਕਹਿ ਨਾ ਜਾਵੇ ਵੀ ਲੇਟ ਤਾਂ ਹੋ ਗਏ। ਅਸਲ ਜਿਵੇਂ ਬੰਦਾ ਕਹਿੰਦਾ ਵੀ ਘੋੜਾ ਤੇ ਮਰਦ ਕਦੇ ਬੁੜੇ ਨਹੀਂ ਹੁੰਦੇ, ਹੁੰਦੇ ਸਹੀ ਖੁਰਾਕ ਹੋਵੇ, ਸਹੀ ਮਿਹਨਤ ਹੋਵੇ ਸਰੀਰ, ਉਹ ਸਰੀਰ ਵਿਗੜਦਾ। ਜਦੋਂ ਹੁਣ ਵੀ ਬਾਈ ਜੀ ਹੁਣ ਸਾਡੇ ਕਹਿਣ ਦੇ 400-500 ਸਪਾਟਾ ਮਾਰੋ ਨਹੀਂ ਲਾ ਦੇ ਜੀ, ਅਪਡੇਟ ਲਾਉਣੀ, ਅਪਡੇਟ 1000 ਲੈਣੀ, 1000 ਲਾ ਦੇ। ਅੱਛਾ ਜੀ। ਇਹ ਮਿੱਤਰੋ ਸੁਣ ਲਓ, ਸਿਹਤ ਤੋਂ ਵੱਡਾ ਕੋਈ ਤੁਹਾਡਾ ਸਾਥੀ ਨਹੀਂ ਹੈਗਾ ਜ਼ਿੰਦਗੀ, ਸਿਹਤ ਸਭ ਤੋਂ ਵੱਧ ਜ਼ਰੂਰੀ ਆ। ਚਲੋ ਘੋੜੇ ਦੀ ਵੀ ਆਪਾਂ ਪ੍ਰਮੋਸ਼ਨ ਨਾਲ ਕਰੀਏ ਅਤੇ ਆਹ ਚੀਜ਼ ਜ਼ਰੂਰ ਧਿਆਨ ਰੱਖਿਓ। ਭਲਵਾਨ ਜੀ ਮੈਂ ਥੋੜ੍ਹਾ ਜਿਹਾ ਮਤਲਬ 2018 ਤੋਂ ਬਾਅਦ ਮੈਂ ਨਹੀਂ ਕਦੇ ਡੰਡ ਲਾ ਕੇ ਦੇਖਿਆ, ਪਰ ਮੈਂ ਮਿਹਨਤ ਹੁਣ ਦੁਬਾਰੇ ਸਟਾਰਟ ਕਰੂੰਗਾ ਜ਼ਰੂਰ, ਜ਼ਰੂਰੀ ਆ ਕਰੋ, ਹੈ ਨਾ। ਆਪਾਂ ਸਾਰੀ ਜ਼ਿੰਦਗੀ ਪੈਸਾ ਤਾਂ ਕਮਾਈ ਜਾਂਦੇ ਹਾਂ। ਹਾਂ। ਅਤੇ ਜਦੋਂ ਆਪਾਂ ਸਿਹਤ ਕਰਾ ਲਵਾਂਗੇ ਹੋਸਪਿਟਲਾਂ ਦੇ ਬੈਂਚ 'ਤੇ ਬਹਿੰਦੇ ਜਾ ਕੇ, ਹਾਂ, ਉਹ ਵੀ ਸੜਿਆ ਹੋਇਆ ਗੱਲ ਕਰਕੇ ਮੂੰਹ ਕਰਕੇ ਆਪਣੇ ਗੱਲਬਾਤ ਕਰਦੇ ਆ, ਸਿਹਤ ਤੋਂ ਉੱਪਰ ਕੁਛ ਨਹੀਂ। ਆਪਾਂ ਤਾਂ ਇਹ ਕਹਿੰਦੇ ਜਿਹੜਾ ਵੀ ਆਪਣੇ ਨਾਲ ਗੱਲ ਕਰੋ ਫੁੱਲ ਵਾਂਗੂੰ ਖੜਕੇ ਕਰੇ, ਹੱਸ ਕੇ ਕਰੇ ਆਪਣੇ ਨਾਲ, ਠੀਕ ਹੈ ਨਾ। ਹਾਂ, ਜਦੋਂ ਆਪਾਂ ਬੈੱਡ 'ਤੇ ਬਿਮਾਰ ਪਏ ਹੁੰਦੇ ਉਹ ਵੀ ਸਾਹਮਣੇ ਵਾਲਾ ਵੀ ਉਸ ਹਿਸਾਬ ਦੇ ਨਾਲ ਗੱਲ ਕਰਦਾ, ਢਹਿ ਦੀ ਕਲਾ 'ਚ ਗੱਲ ਕਰਦਾ। ਹਾਂ, ਜਿਵੇਂ ਹੁਣ ਆਪਾਂ ਘੋੜੇ ਦੀ ਆਪਾਂ ਹੈ ਨਾ ਜੰਪ ਲਵਾਉਂਦੇ ਕਰਦੇ ਹਾਂ, ਹਾਂ ਹਾਂ, ਮੈਂ ਆਪਾਂ ਕਹਿੰਦੇ ਵੀ ਆਪਣੇ ਨਾਲ ਹੱਸ ਕੇ ਗੱਲ ਕਰੋ ਬਾਈ, ਕਿ ਵੀ ਆਪਾਂ ਟੁੱਟਿਆ ਜਾਂ ਕਰਦੇ ਨਾਲ, ਜ਼ਿੰਦਗੀ ਇੱਕ ਵਾਰ ਮਿਲੀ ਹੈ, ਠੀਕ ਆ, ਹੱਸਦੇ ਰਹੋ ਯਾਰ। ਕਿਹੜੀ ਆਪਣੇ ਇਕੱਲਾ ਪੈਸਾ ਜੇ ਮੁੱਖ ਨਹੀਂ ਹੈਗਾ, ਪੈਸਾ ਮੁੱਖ ਨਹੀਂ। ਕਿਹੜੀ ਆਪਾਂ ਵੀਡੀਓ ਦੇ ਵਿੱਚ ਇਹ ਵੀ ਗੱਲ ਕਹੀ ਸੀ ਤੁਹਾਨੂੰ, ਆਪਣੇ ਘਰੋਂ ਕੋਈ ਦੁਖੀ ਹੋ ਕੇ ਨਹੀਂ ਕਿਹਾ, ਹਾਂ, ਇਹ ਗੱਲ ਕਹੀ, ਸਹੀ ਗੱਲ ਕਹੀ ਸੀ ਨਾ, ਹਾਂ ਬਿਲਕੁਲ ਜੀ, ਠੀਕ ਆ ਨਾ। ਲੋੜਵੰਦ ਬੰਦੇ ਵੀ ਆਪਣੇ ਕੋਲ ਬਹੁਤ ਆਏ ਆ, ਠੀਕ ਆ ਨਾ, ਘੋੜਾ ਸਾਡੇ ਸ਼ਬਦ ਹੈ, ਠੀਕ ਹੈ, ਕੋਈ ਗੱਲ ਨਹੀਂ ਨਹੀਂ, ਜਿੰਦਾ ਦਲੀ ਦੀਆਂ ਇਹੀ ਨਿਸ਼ਾਨੀਆਂ ਨੇ ਭਲਵਾਨ ਜੀ। ਇਹ ਭਲਵਾਨ ਜੀ ਨਾਲ ਇਹ ਗੱਲਬਾਤ ਕਰਕੇ ਸਿਹਤ ਵਾਲੇ ਮਸਲੇ 'ਤੇ ਮੈਨੂੰ ਵੀ ਥੋੜ੍ਹਾ ਜਿਹਾ ਵਾਰਮ ਅਪ ਹੋਇਆ ਵੀ ਹਾਂ ਵੀ ਸਿਹਤ ਦਾ ਧਿਆਨ ਰੱਖੀਏ, ਖੁਰਾਕ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ, ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਜਾਨ ਆ ਤਾਂ ਜਹਾਨ ਆ ਜੀ। ਲਓ ਮਿੱਤਰੋ, ਭਲਵਾਨ ਜੀ ਨਾਲ ਅੱਜ ਖੁੱਲ੍ਹੀ ਗੱਲਬਾਤ ਕਰੀ, ਘੋੜੇ ਬਾਰੇ ਵੀ ਤੁਹਾਨੂੰ ਚਾਨਣਾ ਪਾਇਆ ਅਤੇ ਸਿਹਤ ਬਾਰੇ ਵੀ। 80 ਸਾਲ ਦੀ ਉਮਰ ਦੇ ਵਿੱਚ ਦੇਖ ਲਓ 500 ਡੰਡ ਲਾ ਕੇ ਵਿੱਲੀ ਜੀਪ ਜਿੱਤੀ ਹੋਈ ਆ ਮਿੱਤਰੋ। ਸੋ ਥੋੜ੍ਹਾ ਜਿਹਾ ਇਹੋ ਜਿਹੀਆਂ ਵੀਡੀਓਆਂ ਦੇਖ ਕੇ ਨਾ ਤਰੋ ਤਾਜ਼ਾ ਹੋ ਜਾਇਆ ਕਰੋ, ਸਿਹਤ ਦਾ ਧਿਆਨ ਦਿਆ ਕਰੋ, ਕਿਉਂਕਿ ਜਿਹੜੇ ਆਪਣੇ ਬਜ਼ੁਰਗਾਂ ਦੀ ਲਾਈਨ ਰੀਤ ਚੱਲੀ ਆ ਰਹੀ ਹੈ ਜੀ, ਉਹ ਤਾਂ ਕਹਿੰਦੇ 100-100 ਸਾਲ ਤੱਕ ਕੋਈ ਐਂ ਪ੍ਰੋਬਲਮ ਹੀ ਨਹੀਂ ਆਉਂਦੀ ਸੀ, ਕੰਮ ਕਰਦੇ ਤੁਰੇ ਫਿਰੀ ਜਾਂਦੇ ਸੀਗੇ ਜੀ। ਅਤੇ ਇਹ ਚੀਜ਼ਾਂ ਜ਼ਰੂਰ ਧਿਆਨ ਰੱਖਿਆ ਕਰੋ। ਦੇਵਲੀ ਦਿਖਾਇਆ ਤੁਹਾਨੂੰ ਦਰੋਣੇ ਦਾ ਪੁੱਤ ਸਟਗ ਸਰਬ ਸੋਪਣਾ, ਭਲਵਾਨ ਜੀ ਦਾ ਨੰਬਰ ਦਿੱਤਾ, ਅਤੇ ਨਾਲ ਹੀ ਸ਼ਿਵੇ ਦਾ ਬੱਚਾ ਗਿਆ ਜਿਹੜਾ ਅੱਜ ਤੋਂ ਉਹ ਓਪਨ ਫੋਰ ਸਟੱਡ ਕਰਤਾ, ਉਹਦੇ ਬਾਰੇ ਵੀ ਫੋਨ ਲਾ ਲਿਓ। ਜੇ ਕਿਸੇ ਨੇ ਕਈ ਵਾਰ ਕੋਈ ਘੋੜੀ ਦੀ ਸੇਲ ਪਰਚੇਜ ਕਰਨੀ ਹੁੰਦੀ ਆ ਤਾਂ ਵੀ ਭਲਵਾਨ ਜੀ ਨੂੰ ਫੋਨ ਲਾ ਲਿਓ। ਭਲਵਾਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।